Inspire Punjab TV ਤੇ ਤੁਹਾਡਾ ਸਭ ਦਾ ਸਵਾਗਤ ਹੈ ਬਲਜੀਤ ਸਿੰਘ ਦਾਦੂਵਾਲ ਦੀ ਇੱਕ ਪੋਸਟ ਜੋ ਕਿ ਬਿਆਸ ਵਾਲੇ ਸਾਧੂ ਦੇ ਨਾਲ ਹੈ ਤਾਂ ਇਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਹਦੇ ਦੇ ਅਪਗ੍ਰੇਡ ਢੜੇ ਵੱਲੋਂ ਹਰਨੇਕ ਸਿੰਘ ਨਿਊਜ਼ੀਲੈਂਡ ਵੱਲੋਂ ਲਿਖਿਆ ਗਿਆ ਕਿ ਦੇਖੋ ਤਾਂ ਪੰਥ ਕਿਦਾਂ ਸਲਾਹ مشਵਰੇ ਕਰਦਾ ਤਾਂ ਇੱਕ ਹੋਰ ਪੋਸਟ ਹੈ ਜੋ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹ ਕਿਸੇ ਸਾਧ ਦੇ ਨਾਲ ਖੜੇ ਨੇ ਜਿਹਦੇ ਵਿੱਚ ਜਗਸੀਰ ਸਿੰਘ ਸੰਧੂ ਕੌਂਤਰੀ ਉਹ ਲਿਖਦੇ ਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਗਰੀਬਦਾਸੀ ਸੰਪਰਦਾ ਦੇ ਝਲੂਰ ਧਾਮ ਬਰਨਾਲਾ ਵਿਖੇ ਸਵਾਮੀ ਅਮਰਤਾ ਆਨੰਦ ਨਾਲ ਮਿਲਣੀ ਕਰਨ ਲਈ ਉਚੇਚੇ ਤੌਰ ਤੇ ਝਲੂਰ ਧਾਮ ਪਧਾਰੇ ਤਾਂ ਹੁਣ ਅਪਗ੍ਰੇਡ ਢੜੇ ਵੱਲੋਂ ਬਲਜੀਤ ਸਿੰਘ ਦਾਦੂਵਾਲ ਦੀਆਂ ਪੋਸਟਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਏਸੀ ਪੋਸਟ ਨੂੰ ਜੋ ਜਾਗਰੂਕ ਢੜਾ ਉਹਨਾਂ ਵੱਲੋਂ ਵੀ ਸੋਸ਼ਲ ਮੀਡੀਆ ਤੇ ਉਭਾਰਿਆ ਜਾ ਰਿਹਾ ਹੈ ਮੱਗਰ ਰੰਧਾਵਾ ਨਾਮ ਦੀ ਆਈਡੀ ਤੋਂ ਲਿਖਿਆ ਗਿਆ ਦੇਖੋ ਤਾਂ ਪੰਥ ਕਿਦਾਂ ਸਲਾਹ ਮਸ਼ਵਰੇ ਕਰਦਾ ਹਰਨੇਕ ਸਿੰਘ ਨਿਊਜ਼ੀਲੈਂਡ ਕਿਉਂਕਿ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਬਲਜੀਤ ਸਿੰਘ ਦਾਦੂਵਾਲ ਬਾਰੇ ਇਹ ਪੋਸਟ ਪਾਈ ਸੀ ਤਾਂ ਉਹਨਾਂ ਨੇ ਇਸੇ ਪੋਸਟ ਨੂੰ ਰੀਪੋਸਟ ਕਰਦਿਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਵੀ ਨਾਲ ਫੋਟੋ ਅਟੈਚ ਕੀਤੀ ਹੈ ਇੱਕ ਤੁਹਾਨੂੰ ਪਤਾ ਹੋਵੇਗਾ ਜੋ ਕਿ ਕੋਬਰੇ ਦਾ ਡੰਗ ਆਈਡੀ ਹੈ ਇਹਨਾਂ ਦੇ ਨਾਲ ਹੀ ਖੋਸ਼ ਰਿਹਾ ਕਰੋ ਇੱਕ ਆਈਡੀਆ ਉਹ ਵੀ ਲਿਖਦੇ ਆ ਜਿਹੜੇ ਭਾਈ ਸਾਹਿਬ ਨੂੰ ਸੁਣ ਕੇ ਸਾਧ ਪਖੰਡੀਆਂ ਡੇਰਿਆਂ ਤੇ ਜਾਣੋਂ ਹਟ ਗਏ ਜਿਹੜੇ ਪਿੰਡ ਦੇ ਗੁਰਦੁਆਰੇ ਜਾਣ ਤੋਂ ਵੀ ਸ਼ਰਮ ਮੰਨਣ ਲੱਗ ਪਏ ਭਈ ਜੇ ਪੁਜਾਰੀ ਦੀ ਦੁਕਾਨ ਤੇ ਕਿਸੇ ਨੇ ਦੇਖ ਲਿਆ ਕੀ ਜਵਾਬ ਦੇਵਾਂਗੇ ਜਿਨ੍ਹਾਂ ਦੇ ਖੂਨ ਚ ਇਹ ਸੋਚ ਘਰ ਘਰ ਗਈ ਭਈ ਹਰ ਥਾਂ ਪੁਜਾਰੀ ਆਪਣੀ ਦੁਕਾਨ ਖੋਲ ਕੇ ਲੋਕਾਂ ਨੂੰ ਲੁੱਟਣ ਲਈ ਬੈਠਾ ਉਹ ਹੁਣ ਕਿਹੜੇ ਖੂਚ ਡਿੱਗਣ ਲੋਕਾਂ ਨੂੰ ਡੇਰਿਓ ਤੇ ਜਾਣੋਂ ਹਟਾਤਾ ਆਪ ਤੁਸੀਂ ਡੇਰਿਆਂ ਤੇ ਲਿਫਾਫੇ ਲੈਣਦੇ ਤੁਰੇ ਫਿਰਦੇ ਜੇ ਹੁਣ ਦਿਵਾਨ ਚ ਭੇਡਾਂ ਨੂੰ ਬੋਲਦੇ ਹੋ ਭਈ ਜਿਸ ਨੇ ਵੀ ਕਿਸੇ ਸਾਧ ਬੂਬਨੇ ਦੇ ਡੇਰੇ ਤੇ ਜਾਣਾ ਜਾ ਸਕਦੇ ਹਾਂ ਕਿਉਂਕਿ ਆਪਾਂ ਸਮਝ ਗਏ ਰੱਬ ਕਿਤੇ ਨਹੀਂ ਗਿਆਨ ਗੁਰੂ ਆ ਕੋਈ ਤੀਰਥ ਨਹੀਂ ਕੋਈ ਰੱਬ ਦਾ ਘਰ ਨਹੀਂ ਸਭ ਪੁਜਾਰੀਆਂ ਦੇ ਅੱਡੇ ਨੇ ਬਸ ਤੁਸੀਂ ਘੁੰਮਣ ਫਿਰਨ ਜਾਣਾ ਜਿਵੇਂ ਮੈਂ ਗਿਆ ਸੀ ਪੈ ਗਿਆਂ ਪਰਤਾ ਲੱਖ ਲਾਂਤ ਤਾਂ ਇਹਨਾਂ ਪੋਸਟਾਂ ਦੇ ਸੰਬੰਧ ਵਿੱਚ ਤੁਹਾਡੇ ਸਭ ਦੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ